ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ 'ਤੇ। ਹੋਰ ਸੁਣਾਓ ਜੀ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇੱਧਰ ਮੈਂ ਬਣਾਏ ਸੀ, ਮੇਰੀ ਭਾਬੀ ਨੇ ਬਣਾਏ ਸੀ ਕਿ ਚਿਪਸ ਘਰੇ ਬੱਚਿਆਂ ਵਾਸਤੇ, ਕਿ ਇਹਨਾਂ ਨੂੰ ਆਪਾਂ ਆਲੂ ਫਰਾਈ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਬਰੀਕ ਬਰੀਕ ਅਸੀਂ, ਅਤੇ ਇਹਨਾਂ ਨੂੰ ਫਿਰ ਅਸੀਂ ਨਾ ਇਹ ਥੋੜ੍ਹਾ ਮਤਲਬ ਬੋਇਲ ਕਰਨਾ ਪਾਣੀ 'ਚ, ਬਿਲਕੁਲ ਨਹੀਂ ਕਰਨਾ, ਕਿ ਇਹਨੂੰ ਪਹਿਲਾਂ ਧੋ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਹੁੰਦਾ ਆਪਾਂ ਅਸੀਂ ਧੋ ਕੇ ਫਿਰ ਇਹਨਾਂ ਨੂੰ ਆਪਾਂ ਸੁਕਾ ਲੈਣਾ ਕੱਪੜੇ ਸਾਫ਼ 'ਚ। ਫਿਰ ਅਸੀਂ ਕਰਦੇ ਪਏ ਫਰਾਈ, ਇੱਧਰ ਥੋੜ੍ਹੇ ਫਰਾਈ ਕਰਕੇ ਰੱਖ ਲਏ ਸੀ ਕਿ ਇਹ ਅਸੀਂ ਬਣਾਏ ਆ ਆਲੂ ਫਰਾਈ ਚਿਪਸ ਕਰੰਚੀ ਕਰੰਚੀ। ਤੁਸੀਂ ਘਰੇ ਬਣਾ ਸਕਦੇ ਕਿ ਬੱਚੇ ਜੇ ਕਈ ਵਾਰੀ ਮੰਗਦੇ ਆ ਕਿ ਆਪਾਂ ਨਹੀਂ ਬਾਜ਼ਾਰੋਂ, ਅੱਜ ਕੱਲ੍ਹ ਤੁਹਾਨੂੰ ਪਤਾ ਲੈ ਕੇ ਦਿੰਦੇ ਆਪਾਂ, ਕਿ ਬੱਚਿਆਂ ਨੂੰ ਅੱਜ ਕੱਲ੍ਹ ਮੌਸਮ ਦੇ ਅਕੋਰਡਿੰਗ ਨਹੀਂ ਲੈ ਕੇ ਦੇਣਾ ਚਾਹੀਦਾ, ਅਤੇ ਘਰੇ ਬਣਾ ਲਏ ਸੀ ਅਸੀਂ। ਅਤੇ ਇੱਧਰ ਮੇਰੇ ਭਾਬੀ ਬਣਾ ਰਹੇ ਨੇ ਫਰਾਈ ਚਿਪਸ, ਆਲੂ ਚਿਪਸ ਬਣਾ ਰਹੇ ਨੇ, ਅਤੇ ਇੱਧਰ ਥੋੜ੍ਹੇ ਰਹਿ ਗਏ ਸੀ, ਬਣ ਗਏ ਸੀ। ਭਾਬੀ ਕਹਿੰਦੇ ਚਲੋ ਆਪਾਂ ਨਾਲ ਨਾਲ ਵੀਡੀਓ ਬਣਾ ਲੈਂਦੇ ਕਿ ਬੱਚਿਆਂ ਵਾਸਤੇ ਵਧੀਆ ਇੱਕ ਚੀਜ਼ ਬਣ ਜਾਏਗੀ ਖਾਣ ਨੂੰ ਘਰ ਵਾਸਤੇ। ਬਣ ਗਏ ਸਾਡੇ ਚਿਪਸ, ਤਾਂ ਆਪਾਂ ਕਰਨੇ ਨੈਕਸਟ ਵੀਡੀਓ ਸਟਾਰਟ। ਕਲਿੱਪ ਉਹਦੇ 'ਚ ਅਸੀਂ ਗੁੰਨਦੇ ਪਏ ਹਾਂ ਆਟਾ ਮਸ਼ੀਨ ਵਿੱਚ, ਮਸ਼ੀਨ 'ਚ ਆਟਾ ਗੁੰਨ ਕੇ, ਅਤੇ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਮੇਰੇ ਥੋੜ੍ਹੇ ਬਹੁਤ ਭਾਂਡੇ ਸੀ ਉਹ ਸਾਫ਼ ਕਰ ਲਏ ਸੀ। ਇੱਧਰ ਕੱਦੂ ਲਿਆਂਦੇ, ਡੈਡ ਨੇ ਕੱਦੂ ਦੀ ਸਬਜ਼ੀ ਬਣਾ ਲਈ, ਥੋੜ੍ਹੇ ਬਹੁਤੇ ਬਚ ਗਏ, ਅਗਲੇ ਦਿਨ ਆਪਾਂ ਕੋਫਤੇ ਬਣਾਵਾਂਗੇ, ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਨੈਕਸਟ ਵਾਲੀ। ਇੱਧਰ ਸਾਡਾ ਬਣ ਗਿਆ ਦਾਲ ਕੱਦੂ, ਦੱਸਿਓ ਕਿਹਨੂੰ ਕਿਹਨੂੰ ਪਸੰਦ ਆ। ਮੈਨੂੰ ਤਾਂ ਦਾਲ ਕੱਦੂ ਠੀਕ ਠੀਕ ਸਵਾਦ ਲੱਗਦਾ, ਮੈਨੂੰ ਕੋਫਤੇ ਜ਼ਰਾ ਸਵਾਦ ਲੱਗਦੇ। ਇੱਧਰ ਸਾਡਾ ਲਓ ਜੀ ਗੱਲਾਂ ਗੱਲਾਂ 'ਚ ਆਟਾ ਵੀ ਗੁੱਝ ਗਿਆ, ਅਤੇ ਮੈਂ ਭਾਂਡੇ ਵੀ ਸਾਫ਼ ਕਰਕੇ ਰੱਖ ਲਏ ਸਾਰੇ, ਹੁਣ ਇਹਨਾਂ ਨੂੰ ਟਕਾ ਦਾਂਗੇ, ਥੋੜ੍ਹੇ ਬਹੁਤੇ ਰਹਿ ਗਏ, ਸਾਫ਼ ਕਰਕੇ ਫਿਰ ਦੁਬਾਰਾ ਤੋਂ ਰੱਖ ਦਾਂਗੇ। ਮੈਂ ਭਾਂਡੇ ਕਰਦੀ ਪਈ ਸੈੱਟ, ਇਹ ਸਾਡਾ ਟਿਫਨ ਹੁੰਦਾ ਸਟੀਲ ਦਾ, ਇਹ 'ਚ ਅਸੀਂ ਦਹੀਂ ਜ਼ਿਆਦਾ ਜਮਾਉਂਦੇ ਕਿ ਚੱਲ ਦਹੀਂ ਖੁੱਲ੍ਹਾ ਭਾਂਡੇ ਜੰਮ ਜਾਂਦਾ, 2-2.5 ਕਿਲੋ ਇਕੱਠਾ ਦਹੀਂ ਜਮਾ ਕੇ ਰੱਖ ਦੇਈਦਾ, ਵੀ ਸਾਰਾ ਦਿਨ ਖਾਂਦੇ ਰਹੋ, ਬੱਚੇ ਵੀ ਖਾ ਲੈਂਦੇ ਖੁਸ਼ ਹੋ ਕੇ। ਦਸ ਦਹੀਂ ਜਮਾਉਣ ਵਾਸਤੇ ਰੱਖ ਲਿਆ, ਇਹਨੂੰ ਕਹਿੰਦੇ ਚੱਲ ਬਾਅਦ 'ਚ ਸਾਫ਼ ਕਰਕੇ ਮੈਂ ਉੱਪਰ ਰੱਖ ਦਿੰਦੀ, ਮੰਮਾ ਸ਼ਾਮੀ ਦਹੀਂ ਜਮਾ ਦਿੰਦੇ ਹੁੰਦੇ, ਮੰਮਾ ਵੀ ਡਿਊਟੀ ਹੁੰਦੀ ਆ। ਇੱਧਰ ਮੈਂ ਸਾਰੀ ਕਿਚਨ ਸਾਫ਼ ਕਰ ਲਈ, ਹੁਣ ਆਟਾ ਵੀ ਗੁੰਨ ਲਿਆ, ਤਾਂ ਆਪਾਂ ਬਣਾ ਰਹੇ ਹਾਂ ਖਾਣਾ ਲੰਚ। ਇਹ 'ਚ ਬਣਾਏ ਆਪਾਂ ਦਾਲ ਕੱਦੂ ਐਂਡ ਨਾਲ ਫੁਲਕੇ, ਵੀ ਚਲੋ ਰਾਤ ਨੂੰ ਵੀ ਸਬਜ਼ੀ ਖਾਧੀ ਜਾਏਗੀ, ਕੰਮ ਆ ਜੂਗੀ, ਇੱਕ ਟਾਈਮ ਡੰਗ ਟਪਾਉਣਾ ਚਾਹੀਦਾ। ਅਤੇ ਇੱਧਰ ਹੁਣ ਮੈਂ ਲੱਗੀ ਹੋਈ ਸੀ, ਮੈਂ ਕਿਹਾ ਚੱਲ ਆਟਾ ਗੁੰਨ ਦਿਓ, ਫਿਰ ਇਹਨੂੰ ਪਾ ਕੇ ਇਹਨੂੰ ਭਾਂਡਿਆਂ 'ਚ ਰੱਖ ਦੇਣੀ, ਅਤੇ ਨਾਲ ਦੀ ਨਾਲ ਮੈਂ ਫੁਲਕੇ ਬਣਾ ਲਵਾਂਗੀ, ਤਵਾ ਰੱਖਾਂਗੀ ਗੈਸ 'ਤੇ, ਤਾਂ ਬਣ ਜਾਣਗੇ ਫੁਲਕੇ। ਆਪਾਂ ਰੱਖ ਦਿੱਤਾ ਜੀ ਤਵਾ, ਸਾਡਾ ਆਟਾ ਐਨ ਵਧੀਆ ਹੋ ਗਿਆ, ਗੁੱਝ ਗਿਆ। ਇੱਧਰ ਆਪਾਂ ਬਣਾ ਰਹੇ ਹਾਂ ਫੁਲਕੇ, ਮੈਂ ਕਿਹਾ ਬਣਾ ਕੇ ਖਾ ਲਈ, ਟਾਈਮ ਨਾਲ ਦਰਸ਼ ਵੀ ਸੌਂ ਗਿਆ, ਕਿ ਟਾਈਮ ਦੇਖਣਾ ਪੈਂਦਾ ਬੱਚੇ ਦੇ ਹਿਸਾਬ ਨਾਲ, ਕੱਢਣਾ ਪੈਂਦਾ ਕਿਚਨ 'ਚ ਵੀ, ਕਿ ਮੈਂ ਮੰਮਾ 'ਤੇ ਇਕੱਲੀ ਡਿਪੈਂਡ ਨਹੀਂ ਹੁੰਦੀ ਕਿ ਆਪ ਕਹਿੰਦੇ। ਫਿਰ ਸ਼ਾਮੀ ਅਨੰਤ ਕਹਿੰਦਾ ਮੈਂ ਖਾਣੀ ਹੈ ਆਈਸਕ੍ਰੀਮ, ਅਸੀਂ ਚਲੇ ਗਏ ਆਈਸਕ੍ਰੀਮ ਖਾਣ, ਇਹ ਕਹਿੰਦਾ ਮੰਮਾ ਮੈਂ ਆਈਸਕ੍ਰੀਮ ਖਾਣੀ ਹੈ, ਅਤੇ ਫਿਰ ਇਹ ਹਰਮੀਤ ਕਹਿੰਦੇ ਸੀ ਮੈਂ ਇੱਥੋਂ ਲਿਆ ਦੇਣਾ, ਕਹਿੰਦਾ ਨਹੀਂ ਡੈਡਾ ਮੈਨੂੰ ਉਹ ਸਵਾਦ ਲੱਗਦੀ ਹੈ ਜਿਹੜੀ ਸਾਡੇ ਇੱਥੇ ਸਪੈਸ਼ਲ ਆਈਸਕ੍ਰੀਮ ਹੁੰਦੀ ਹੈ, ਤਾਂ ਉੱਥੋਂ ਹੀ ਮੈਂ ਖਾਣੀ। ਡੈਡੀ ਕਹਿੰਦੇ, ਡੈਡੀ ਮੰਨ ਗਏ, ਪਤਾ ਨਹੀਂ ਆਪਣੇ ਦਾਦੇ ਦੇ ਕੀ ਜਾਦੂ ਕਰਦਾ, ਦਾਦਾ ਪੋਤੇ ਵਾਲੀ ਗੱਲ ਮੰਨਦਾ, ਸਾਡੀ ਨਹੀਂ ਕੁਛ ਸੁਣਦੇ। ਮੰਮਾ ਕਹਿੰਦੇ ਤੂੰ ਮੇਰੇ ਬੰਦੇ ਦਾ ਜਾਦੂ ਕੀਤਾ, ਤੂੰ ਮੇਰੇ ਬੰਦੇ ਨੂੰ ਮਨਾ ਲੈਣਾ, ਦਾਦੇ ਆਪਣੇ ਨੂੰ ਤੂੰ ਮੇਰੇ ਕਹਿਣਾ ਨਹੀਂ ਮੰਨਦੇ ਹੈਗੇ, ਤੂੰ ਬਣਾ ਲੈਣਾ ਪੈਸੇ। ਡੈਡੀ ਮੈਂ ਖਾਣੀ ਆਈਸਕ੍ਰੀਮ, ਡੈਡੀ ਕਹਿੰਦੇ ਚਲੋ ਖਾ ਹੁੰਦੇ ਹਾਂ, ਨਾਲ ਦੀ ਨਾਲ ਆਪਾਂ ਗਏ ਸੀ ਆਈਸਕ੍ਰੀਮ ਖਾਣ, ਅਤੇ ਇੱਧਰ ਦਰਸ਼ ਵੀ ਕਰਦਾ ਪਿਆ ਸੀ ਤੰਗ। ਮੈਂ ਕਿਹਾ ਮੰਮਾ ਤੁਸੀਂ ਫੜੋ ਥੋੜ੍ਹਾ ਟਾਈਮ, ਕਿ ਤੰਗ ਬੜਾ ਕਰਦਾ ਪਿਆ, ਅਤੇ ਇੱਧਰ ਮੈਂ ਤੂੰ ਮਜ਼ਾਕ ਕਰਦੇ ਪਏ ਸੀ ਕਿ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਆਈਸਕ੍ਰੀਮ ਤੋਂ ਬਿਨਾਂ, ਅਤੇ ਮੰਮੀ ਨੂੰ ਹੱਸ ਰਹੇ ਸੀ, ਕਹਿੰਦੇ ਤੂੰ ਹੁਣ ਬਹੁਤ ਜਾਦੂ ਕਰਦਾ ਸਾਡੇ 'ਤੇ, ਸਾਨੂੰ ਪੱਟ ਲੈਂਦਾ ਦੋਵਾਂ ਜੀਆਂ ਨੂੰ। ਕਹਿੰਦੇ ਨਾ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਉਹ ਸਾਫ਼ ਬੱਚਿਆਂ ਦਾ, ਕਿ ਅੱਜ ਕੱਲ੍ਹ ਵੱਡਿਆਂ ਦੇ ਘਰ ਸੁਣੇ ਜਾਂਦੇ, ਅੱਗੋਂ ਬੱਚਿਆਂ ਨੇ ਸੁਣ ਲੈਂਦੇ। ਇੱਧਰ ਦਰਸ਼ ਵੀ ਖਾ ਰਿਹਾ ਸੀ ਵੈਫਰ, ਆਈਸਕ੍ਰੀਮ ਤੋਂ ਲਾ ਕੇ ਦੇ ਤੱਕ ਆਈਸਕ੍ਰੀਮ ਨਹੀਂ ਦੇਣੀ, ਠੰਡੀ ਹੁੰਦੀ ਹੈ। ਅਨੰਤ ਦੀ ਆਈਸਕ੍ਰੀਮ ਨੇ ਲੱਗਾ ਹੋਇਆ ਸੀ ਵੈਫਰ, ਅਨੰਤ ਚੋਕਲੇਟ ਖਾਂਦਾ ਸੀ, ਸਪੈਸ਼ਲ ਖਾਣੇ ਜਿਹੜੀ ਆਈਸਕ੍ਰੀਮ ਹੁੰਦੀ ਜਿੱਥੇ ਜਾਈਦਾ, ਸਪੈਸ਼ਲ ਆਈਸਕ੍ਰੀਮ ਹੁੰਦੀ ਉਹ ਵਾਲੀ, ਬਹੁਤ ਟੇਸਟੀ ਹੁੰਦੀ ਹੈ।
ਦੱਦਾ ਸ਼ਬੀਰ ਰੈਫਰ ਕਰ ਰਿਹਾ ਅਤੇ ਮੈਂ ਹੱਸ ਰਹੀ ਸੀ। ਮੈਂ ਕਿਹਾ ਦੇਖੋ ਮੰਮਾ ਕਿੱਦਾਂ ਖਾਂਦਾ ਪਿਆ। ਅਤੇ ਹਮੀਰ ਵੀ ਮੈਂ ਸ਼ੀਸ਼ੇ ਵਿੱਚ ਦੇਖਦੇ ਸੀ ਅੱਗੇ ਆ ਗਿਆ ਨੈਕਸਟ ਡੇ। ਮੈਂ ਨਾਲ ਪੂਰਾ ਸਿਰ ਵਾਹ ਰਹੀ ਸੀ ਕਿ ਪਹਿਲਾਂ ਮੈਂ ਉੱਠ ਕੇ ਸਵੇਰੇ ਸਵੇਰੇ ਆਪਣਾ ਨਹਾ ਕੇ ਪਾ ਸੋਰੀ ਦੁੱਧ ਗਰਮ ਕੀਤਾ ਅਤੇ ਫਿਰ ਹਰਮੀਤ ਨੇ ਮੈਨੂੰ ਨਵਾ ਦਿੱਤਾ ਸੀ ਅਤੇ ਮੈਂ ਫਿਰ ਯੂਨੀਫੋਰਮ ਪਾ ਦਿੱਤੀ ਅਤੇ ਕਹਿੰਦਾ ਸੀ ਕਿ ਮੈਂ ਸੈਂਡਵਿਚ ਖਾਣੇ ਅਤੇ ਫਿਰ ਹਰਮੀਤ ਬ੍ਰੈਡ ਲੈਣ ਚਲੇ ਗਏ। ਬ੍ਰੈਡ ਹੈ ਨਹੀਂ ਸੀ ਘਰ ਵਿੱਚ ਅਤੇ ਮੰਮਾ ਕਹਿੰਦੇ ਕਿ ਗੱਡੀ ਇੱਕ ਪਹੀਏ ਤਾਂ ਕਦੀ ਗੱਡੀ ਨਹੀਂ ਚੱਲਦੀ, ਗੱਡੀ ਦੇ ਦੋ ਪਹੀਏ ਹੋਣ ਤਾਂ ਗੱਡੀ ਚੱਲਦੀ, ਕੁਛ ਵੀ ਲਾ ਲਓ ਤੁਸੀਂ ਸਕੂਟਰ ਸਾਈਕਲ ਕੁਛ ਵੀ ਲਾ ਲਓ ਗੱਡੀ ਹੈ ਚਾਰ ਪਹੀਏ ਨਹੀਂ ਚੱਲਦੀ ਹੈ ਵੈਸੇ ਤਾਂ। ਅਤੇ ਗੱਲ ਇੱਕ ਕਹਾਵਤ ਹੈ ਕਿ ਗੱਡੀ ਇੱਕ ਪਹੀਏ ਤਾਂ ਕਦੀ ਨਹੀਂ ਚੱਲਦੀ, ਦੋ ਪਹੀਆਂ 'ਤੇ ਹੀ ਗੱਡੀ ਚੱਲਦੀ। ਅਤੇ ਇੱਧਰ ਮੰਮਾ ਮੇਰੀ ਵੀ ਹੈਲਪ ਕਰਦੇ ਪਏ ਸੀ ਅਤੇ ਹਰਮੀਤ ਵੀ, ਮੰਮਾ ਕਹਿੰਦੇ ਤੂੰ ਸਿਰ ਵਾਲਾ ਤਾਂ ਮੈਂ ਫਰੂਟ ਵਗੈਰਾ ਕੱਟ ਕੇ ਟਿਫਨ 'ਚ ਪਾ ਦਿੰਦੀ ਹਾਂ ਅਤੇ ਹਰਮੀਤ ਬਣਾਉਣ ਜਾਣ ਲੱਗ ਪੈਂਦੇ ਸੈਂਡਵਿਚ। ਮੈਂ ਕਿਹਾ ਚਲੋ ਮੈਂ ਸਿਰ ਵਾ ਦਿੰਦੀ ਨਾ ਟਾਈਮ, ਫਿਰ ਤੁਸੀਂ ਪਟਕਾ ਬੰਨ ਲਿਓ। ਅਤੇ ਯੂਨੀਫੋਰਮ ਮੈਂ ਪਾ ਕੇ ਸਿਲਵਾਇਆ ਸੀ ਹਰਮੀਤ ਨੂੰ ਕਿ ਅਜੇ ਇਹਨੂੰ ਸਮਝ ਨਹੀਂ ਲੰਘ ਲੈਂਦੀ, ਓਨਲੀ ਫੋਰਥ ਕਲਾਸ 'ਚ ਪੜ੍ਹਦਾ ਹੈ ਛੋਟਾ। ਫਿਰ ਮੈਂ ਇਹਦਾ ਸਿਰ ਵਗੈਰਾ ਵਾਹਤਾ ਸੀ ਅਤੇ ਹਰਮੀਤ ਮੰਮਾ ਕਿਚਨ 'ਚ ਲੱਗੇ ਸੀ, ਮੰਮਾ ਫਰੂਟ ਕੱਟ ਕੇ ਪਾ ਰਹੇ ਸੀ ਅਤੇ ਮੈਂ ਇੱਧਰ ਲੱਗੀ ਹੋਈ ਸੀ ਸਿਰ ਵਾਹੁਣ ਇਹਦਾ। ਮੈਂ ਕਿਹਾ ਸਿਰ ਵਾਹ ਕੇ ਫਿਰ ਆਪਾਂ ਕਰ ਦਿੰਦੇ ਰੈਡੀ, ਬਾਕੀ ਪਟਕਾ ਹਰਮੀਤ ਨੇ ਬੰਨਣਾ, ਸ਼ੂਜ਼ ਵੀ ਹਰਮੀਤ ਨੇ ਪਾਉਣੇ। ਬਸ ਮੈਂ ਇਹਦਾ ਦੁੱਧ ਬਣਾ ਕੇ ਨਾਲ ਟਿਫਨ ਰੈਡੀ ਕਰ ਦੇਣਾ, ਪਾਣੀ ਪੂਣੀ ਭਰ ਕੇ ਰੱਖ ਦਿੰਦੀ ਹੁੰਦੀ। ਇੱਕ ਮੈਨੂੰ ਕਹਿੰਦੀ ਪਈ ਸੀ ਕਿ ਅਨੰਤ ਆਪਣੇ ਵਾਲ ਮੈਨੂੰ ਦੇ ਦੇ, ਮੈਨੂੰ ਵਾਲ ਬਹੁਤ ਲੰਬੇ ਪਸੰਦ ਆ, ਮੇਰੀ ਬਹੁਤ ਮਿਹਨਤ ਨਾਲ ਇਹ ਵਾਲ ਕੀਤੇ, ਨਿੱਕੇ ਨਿੱਕੇ ਬਿਲਕੁਲ ਹੁੰਦੇ ਸੀ ਚਿੰਦੀਆਂ ਕਰ ਕਰਕੇ ਪਰਾਂਦੀ ਪਾ ਪਾ ਕੇ ਮੇਰੇ ਵਾਲ ਇੰਨੇ ਵੱਡੇ ਕੀਤੇ, ਮੈਨੂੰ ਬਹੁਤ ਸ਼ੌਂਕ ਹੈ ਲੰਬੇ ਵਾਲਾਂ ਦਾ। ਇੱਧਰ ਇਹਦੀ ਹੋ ਗਈ ਸੀ ਮਿੱਢੀ ਵੀ, ਹੁਣ ਫਰੰਟ ਜੂੜਾ ਕਰਕੇ ਮੈਂ ਕਿਹਾ ਜਲਦੀ ਜਲਦੀ ਤੂੰ ਸਿਰ ਵਾਲਾ, ਦੁੱਧ ਵੀ ਪੀਣਾ, ਤੇਰੀ ਬੱਸ ਆਉਣ ਦਾ ਟਾਈਮ ਹੋ ਜਾਣਾ। ਅੱਜ ਇਹਦੇ ਸਕੂਲ ਇੰਡੀਪੈਂਡੈਂਸ ਡੇ ਮਨਾਉਣਾ ਸੀ ਬੱਚਿਆਂ ਨੇ ਅਤੇ ਕਹਿੰਦਾ ਮੰਮਾ ਮੈਂ ਟੈਗ ਉਲਾ ਕੇ ਜਾਣੇ ਆ ਬੈਚ, ਅਤੇ ਮੈਨੂੰ ਬੈਚ ਲੈ ਕੇ ਦਿਓ। ਅਤੇ ਬੈਚ ਫਿਰ ਰਾਤੀ ਲੈ ਕੇ ਦੇ ਕੇ ਸੀ ਅਤੇ ਫਿਰ ਇਹ ਹੁਣ ਲਾਏ ਸੀ, ਕਹਿੰਦਾ ਮੰਮਾ ਮੈਂ ਦੂਜਾ ਵੀ ਲਾਉਣਾ। ਮੈਂ ਕਹਿ ਰਹੀ ਸੀ ਨਹੀਂ ਪੁੱਤ ਇੱਕੋ ਲਾ ਲਾ, ਦੋ ਨਾ ਲਾ, ਨਹੀਂ ਚੰਗੇ ਲੱਗੀਦਾ। ਪਰ ਬੱਚੇ ਕਿੱਥੇ ਮੰਨਦੇ ਆਪਣੀ ਗੱਲ ਨੂੰ, ਆਪਣੀ ਜਿੱਦ ਪਗਾਉਂਦੇ ਹੀ ਪਗਾਉਂਦੇ। ਇੱਦਾਂ ਪੰਗੇ ਲੈ ਰਿਹਾ ਕਿ ਮੈਂ ਦੂਜਾ ਵੀ ਲਾਉਣਾ, ਦੂਜੀ ਸਾਈਡ ਇੱਕ ਮੈਂ ਲਾ ਤਾ, ਦੂਜੀ ਸਾਈਡ ਕਹਿੰਦੇ ਫਿਰ ਆਪੇ ਆਪਣੇ ਲਗਾ ਲਿਆ। ਉੱਧਰ ਹੁਣ ਮੰਮੀ ਅਤੇ ਹੰਮੀ 'ਚ ਲੱਗੇ ਹੋਏ ਕਿਚਨ 'ਚ, ਉਹ ਮੈਂ ਵੀਡੀਓ ਬਾਅਦ 'ਚ ਐਡ ਕੀਤੀ ਸੀ ਅਤੇ ਦੋਨੇ ਜਣੇ ਬਣਾ ਰਹੇ ਸੈਂਡਵਿਚ, ਮੰਮਾ ਬਣਾ ਰਹੇ ਫਰੂਟ। ਅਤੇ ਇੱਧਰ ਦੁਸ਼ਵੀਰ ਕਰਦਾ ਪਿਆ ਸੀ ਤੰਗ ਕਿ ਮੈਨੂੰ ਵੀ ਫੜੋ ਕੋਈ ਜਾਣਾ, ਮੈਂ ਕਿਹਾ ਦੋ ਮਿੰਟ ਰੁਕ ਜਾ ਅਨੰਤ ਦਾ ਟਾਈਮ ਹੋ ਚੱਲਾ। ਇੱਧਰ ਮੇਰੀ ਬੰਨ ਦੀ ਪਟਕਾ ਅਨੰਤ ਵਗੈਰਾ ਕਿ ਹੁਣ ਬਸ ਦੁੱਧ ਪੀ ਕੇ ਉਹਦੀ ਬੱਸ ਆਉਣ ਦਾ ਟਾਈਮ ਹੋਣਾ, ਮੈਨੂੰ ਕਹਿ ਰਹੀ ਸੀ ਜਲਦੀ ਜਲਦੀ ਦੁੱਧ ਪੀ, ਉਹਦੀ ਬੱਸ ਦੇ ਆਉਣ ਦਾ ਟਾਈਮ ਹੋ ਰਿਹਾ ਅਤੇ ਤੂੰ ਜਲਦੀ ਜਲਦੀ ਪੀ ਲਾ। ਬੱਚੇ ਨਖਰਿਆਂ ਨਾਲ ਬਹੁਤ ਅੱਜ ਕੱਲ੍ਹ ਕਰਦੇ, ਕਦੀ ਅੰਦਰ ਜਾਂਦਾ ਕਦੀ ਬਾਹਰ, ਮੈਨੂੰ ਇਹ ਹੁੰਦਾ ਕਿ ਆਪਣੀ ਯੂਨੀਫੋਰਮ 'ਤੇ ਦੁੱਧ ਨਾ ਡੋਲ ਜਾਵੇ, ਪਰ ਨਿਆਣੇ ਕਿੱਥੇ ਮੰਨਦੇ ਨੇ। ਇੱਧਰ ਦਰਸ਼ ਵੀ ਕਹਿੰਦੇ ਮੈਨੂੰ ਕਿਸੇ ਨਾ ਕਰ, ਹੁਣ ਹੱਥ ਨਹੀਂ ਲਾਉਣ ਦਿੰਦਾ ਕਿ ਨਹੀਂ ਤੂੰ ਮੈਨੂੰ ਹੱਥ ਨਹੀਂ ਲਾਉਣਾ। ਇਹ ਰੱਖੜੀ ਆਪਾਂ ਪਹਿਲਾਂ ਬੰਨ ਲਈਆਂ ਸੀ, ਇਹਦੇ ਪੂਈ ਹੁਣੇ ਚਲੇ ਗਏ, ਇਸ ਕਰਕੇ ਅਸੀਂ ਪਹਿਲਾਂ ਰੱਖੜੀ ਬੰਨ ਲਈ ਸੀ। ਫਿਰ ਦਰਸ਼ਵੀ ਨੂੰ ਆ ਰਹੀ ਨੀਂਹ 5:30 ਦਾ ਉੱਠਿਆ ਮੇਰੇ ਨਾਲ ਟਿੱਡਾ ਜਿਹਾ, ਕਹਿੰਦੇ ਮੈਂ ਤੰਗ ਕਰਦੀ ਵੀ ਸੀ, ਨਵੀਆਂ ਨਵੀਆਂ ਬਾਨੀਆਂ ਕਰਦਾ ਰਹਿੰਦਾ ਰੋਜ਼ ਦਿਹਾੜੀਏ, ਕਬੂਤਰ ਸਾਰਾ ਦਿਨ ਦਿਲ ਲਾਈ ਰੱਖਦਾ, ਦਿਨ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਬੀਤ ਜਾਂਦਾ। ਚਲੋ ਜੀ ਆਪਾਂ ਇੱਥੇ ਰਲ ਮਿਲ ਕੇ ਸਾਰਿਆਂ ਨੇ ਅਨੰਤ ਨੂੰ ਤਿਆਰ ਕਰਕੇ ਭੇਜਤਾ ਸਕੂਲ, ਅਨੰਤ ਚੱਲਾ ਸਕੂਲ। ਅਤੇ ਇੱਥੇ ਚਲੋ ਜੀ, ਕਹਿੰਦੇ ਸਹੀ ਗੱਲ ਹੈ ਕਿ ਸਿਆਣੇ ਦਾ ਕਿਹਾ ਵੀ ਗੱਡੀ ਦੋ ਪਹੀਆਂ 'ਤੇ ਚੱਲਦੀ, ਇੱਕ ਪਹੀਏ 'ਤੇ ਕਦੀ ਗੱਡੀ ਨਹੀਂ ਚੱਲਦੀ। ਅਨੰਤ ਹੋ ਗਿਆ ਰੈਡੀ, ਤਾਂ ਆਪਾਂ ਇੱਥੇ ਬੈਠੇ ਸੀ, ਬੱਸ ਆਉਣ ਦਾ ਟਾਈਮ ਹੈਗਾ ਸੀ ਇੱਥੇ ਥੋੜ੍ਹਾ ਕੁ, ਕਿ ਅੱਜ ਲੇਟ ਸੀ ਅਤੇ ਮੈਂ ਕਿਹਾ ਦੁੱਧ ਪੀ ਜਲਦੀ ਪੀ ਅਤੇ ਆ ਜਾ ਜਲਦੀ। ਪਰ ਅਨੰਤ ਸਮਝਣ ਤੋਂ ਚੱਲਦੀ ਪਈ ਸੀ, ਗੁਰਬਾਣੀ ਸਵੇਰ ਦੀ ਨਾਲ ਲੱਗਾ ਸੀ ਕੈਮਰਾ ਪਿੱਛੇ, ਕਹਿ ਰਹੀ ਸੀ ਪੀਲਾ ਪੀਲਾ। ਪਰ ਦਰਸ਼ ਕਹਿੰਦਾ ਸੀ ਮੈਨੂੰ ਫੜਾ ਦੇ ਗਲਾਸ, ਇਹਨੇ ਡੋਲ ਦੇਣਾ ਸੀ। ਮੈਂ ਕਿਹਾ ਤੂੰ ਪਰੇ ਹੋ ਜਾਏ ਦੇ ਲਾਗੂ, ਇਹ ਦੁੱਧ ਡੋਲੇਗਾ ਤੇਰੇ ਉੱਪਰ। ਅਨੰਤ ਹੋ ਗਿਆ ਰੈਡੀ, ਮੇਰਾ ਪੁੱਤਰ ਨਿਕਾਹ ਜਾਏ ਜਦੋਂ ਮੈਨੂੰ ਪਾ ਲਿਆ ਟੁੱਟੂ ਜੇ ਦਰਸ਼ ਹੁੰਦਾ ਵੀ ਦਰਸ਼ ਨੂੰ ਇੱਦਾਂ ਮੈਂ ਪਾ ਦਿੱਤੀ। ਮੈਂ ਕਹਿੰਦੀ ਇੱਧਰ ਸੀ ਲੱਗਿਆ ਧੋਣ ਕੱਪੜੇ,
ਕਲਰਫੁੱਲ ਕੱਪੜੇ ਮੈਂ ਪਹਿਲਾਂ ਮਸ਼ੀਨ 'ਚ ਕਰ ਦਾਂਗੇ ਅਤੇ ਦੂਜੇ ਕੱਪੜੇ ਮੈਂ ਸਰਫ ਪਾ ਕੇ ਮਸ਼ੀਨ ਵੱਖਰੇ ਵਾਈਟ ਕੱਪੜੇ ਕਰ ਦਾਂਗੇ ਅਤੇ ਮੇਰੇ ਕੋਲ ਕਲਰ ਕੁਲਰ ਨਿਕਲ ਜਾਂਦਾ, ਇਸ ਕਰਕੇ ਮੈਂ ਇੱਧਰ ਸਰਫ ਪਾ ਕੇ ਥੋੜ੍ਹਾ ਲਿਕੁਇਡ ਪਾਵਾਂਗੀ ਉਹਦੇ ਵਿੱਚ, ਜਿੱਦਾਂ ਕੋਈ ਦਾਗ ਵਗੈਰਾ ਕੁਛ ਲੱਗਾ ਹੁੰਦਾ ਕੱਪੜਿਆਂ ਨੂੰ ਤਾਂ ਲਿਕੁਇਡ ਬਹੁਤ ਵਧੀਆ ਹੁੰਦਾ। ਇਹ ਮੈਂ ਥੋੜ੍ਹੇ ਕੁ ਇਹ ਇੱਕ ਢੱਕਣ ਪਾ ਦਿੰਦੀ ਹੁੰਦੀ ਕਿ ਬਹੁਤ ਹੁੰਦਾ ਇਹਦੇ ਵਿੱਚ। ਇੱਦਾਂ ਚਲੋ ਜੀ, ਸਾਡੇ ਕੱਪੜੇ ਭਿੱਜ ਗਏ, ਮਸ਼ੀਨ ਚਲਾ ਦਿੱਤੀ, ਹੁਣ ਆਪਾਂ ਕਰਾਂਗੇ ਸਫਾਈਆਂ। ਸਫਾਈਆਂ ਕਰਕੇ ਹੋਵਾਂਗੇ ਵਿਹਲੇ, ਕੱਪੜੇ ਸਾਡੇ ਪਾ ਦਿੱਤੇ, ਥੋੜ੍ਹਾ ਟਾਈਮ ਭਿੱਜੇ ਰਹਿਣਗੇ, ਫਿਰ ਇਹਨਾਂ ਨੂੰ ਸਾਬਣ ਵਗੈਰਾ ਲਾ ਕੇ, ਜਿੱਦਾਂ ਕੋਲਰ ਨਾਲ ਯੂਨੀਫੋਰਮਸ ਗੰਦੀਆਂ ਹੁੰਦੀਆਂ ਉਹ ਫਿਰ ਆਪਾਂ ਸਾਬਣ ਲਾ ਕੇ ਇਹਨਾਂ ਨੂੰ ਮਸ਼ੀਨ 'ਚ ਪਾਵਾਂਗੇ। ਬਾਅਦ ਵਿੱਚ ਹੁਣ ਚੰਗੀ ਤਰ੍ਹਾਂ ਡਿਪ ਕਰ ਦੇਣਾ ਹੁੰਦਾ ਕਿ ਸਾਰੇ ਪਾਸੇ ਐਨ ਸਾਫ਼ ਹੋ ਜਾਵੇ, ਮੈਲ ਨਿਕਲ ਜਾਵੇ ਮਾੜੀ ਮੋਟੀ, ਵਾਈਟ ਕੱਪੜਿਆਂ ਦਾ ਜ਼ਿਆਦਾ ਹੁੰਦਾ। ਬਸ ਸਿੱਧੇ ਸਾਡਾ ਦਰਸ਼ ਵੀਰ ਸੌ ਗਿਆ ਸੀ ਅਤੇ ਮੈਂ ਕਿਹਾ ਚਲੋ ਆਪਾਂ ਕਰ ਲਈਏ ਕੰਮ, ਕਿਚਨ ਦੇ ਵਿੱਚ ਜਾਂਦੀ ਮੈਂ। ਇੱਧਰ ਥੋੜ੍ਹੇ ਕੱਪੜੇ ਮੰਮਾ ਦੇ ਸੂਟ ਉਹ ਮੈਂ ਬਾਅਦ 'ਚ ਪਾਵਾਂਗੀ। ਇੱਧਰ ਅਸੀਂ ਬਣਾ ਰਹੇ ਹਾਂ ਡੈਡੀ ਵਾਸਤੇ ਦੁੱਧ, ਬਣਾ ਰਹੀ ਸੀ ਮੈਂ ਜੀਰੇ ਵਾਲਾ, ਡੈਡੀ ਪੀਂਦੇ ਨੇ ਉਹ ਵਾਲਾ। ਅਤੇ ਇੱਧਰ ਸਾਡੇ ਸਫਾਈ ਹੋ ਗਈ, ਸਾਰੀ ਕੰਮ ਕਰ ਲਿਆ, ਬਸ ਬਾਹਰੋਂ ਰਹਿ ਗਿਆ। ਬਾਹਰੋਂ ਮੈਂ ਕਰ ਲੱਗੀ ਸੀ ਝਾੜੂ ਚੱਕਾਂਗੀ, ਅਤੇ ਬਾਹਰੋਂ ਝਾੜੂ ਪੋਚਾ ਲਾ ਕੇ ਅੰਦਰ ਕਰ ਲਿਆ ਸੀ ਮੈਂ ਪਹਿਲਾਂ ਸਫਾਈ ਕਰਕੇ, ਫਿਰ ਮੈਂ ਕਰਾਂਗੀ ਪਾਠ, ਰੋਟੀ ਖਾ ਕੇ ਫਿਰ ਪਾਠ ਕਰਾਂਗੀ। ਪਹਿਲਾਂ ਸਫਾਈ ਜ਼ਰੂਰੀ ਹੈ ਕਿ ਸਫਾਈ ਕਰਕੇ ਬੰਦਾ ਨਾਲ ਦੇ ਨਾਲ ਕੱਪੜੇ ਧੋ ਕੇ ਫ੍ਰੀ ਹੋ ਜਾਂਦਾ, ਫਿਰ ਆਰਾਮ ਨਾਲ ਬੰਦਾ ਬੈਠ ਕੇ ਪਾਠ ਕਰ ਲੈਂਦਾ ਕਿ ਸ਼ਾਂਤੀ ਜੀ ਮਿਲਦੀ ਮਨ ਨੂੰ, ਹੁਣ ਆਪਾਂ ਫ੍ਰੀ ਹਾਂ ਅਸੀਂ ਪਾਠ ਕਰਾਂਗੇ। ਇੱਧਰ ਮੈਂ ਸਾਰੀ ਸਫਾਈ ਕਰਕੇ ਐਨ ਫ੍ਰੀ ਹੋ ਗਈ ਸੀ, ਬੈੱਡ ਸ਼ੀਟ ਰਹਿ ਗਈ ਸੀ ਮੇਰੀ ਥੋੜ੍ਹੀ ਸੈੱਟ ਕਰਨ ਵਾਲੀ, ਅਤੇ ਦਰਸ਼ ਵੀਰ ਖੇਡਦਾ ਪਿਆ ਸੀ ਅਤੇ ਉਹਨੇ ਖਿਲਾਰਤੀ ਸੀ ਫਿਰ, ਅਤੇ ਇੱਧਰ ਮੈਂ ਬੈੱਡ ਸ਼ੀਟ ਕਰ ਦਿੱਤੀ ਸੈੱਟ, ਜਿੱਥੇ ਆਪਾਂ ਹੋ ਗਏ ਫ੍ਰੀ। ਅਤੇ ਇੱਧਰ ਸ਼ੁਰੂ ਹੋ ਰਹੀ ਸੀ ਫਿਰ ਤੋਂ ਬਾਰਿਸ਼, ਅਤੇ ਮੇਰੇ ਕੱਪੜੇ ਸਾਰੇ ਗਿੱਲੇ ਹੋ ਚੱਲੇ, ਫਿਰ ਮੈਂ ਕੱਪੜੇ ਦੁਬਾਰਾ ਇਹਨਾਂ ਨੂੰ ਅੰਦਰ ਕੀਤਾ, ਸੁੱਕਣੇ ਪਾਇਆ, ਸੈੱਟ ਕੀਤਾ, ਕੁਛ ਉੱਪਰ ਪਾ ਹੀ ਸੁੱਕਣੇ ਅਤੇ ਕੁਝ ਜਿਹੜੇ ਵਾਈਟ ਸੀ ਉੱਪਰ ਪਾ ਹੀ ਸੁੱਕਣੇ, ਅਤੇ ਜਿਹੜੇ ਪਹਿਲਾਂ ਬਾਹਰ ਪਾਏ ਸੀ ਉਹਨਾਂ ਨੇ ਫਿਰ ਦੁਬਾਰਾ ਇੱਧਰ ਛੱਤ ਥੱਲੇ ਕਰਤਾ ਵੀ ਗੱਡੀ ਇੱਥੇ ਹੈ ਨਹੀਂ ਸੀ, ਚੱਲ ਇੱਥੇ ਸੁੱਕਦੇ ਰਹਿਣਗੇ ਕੱਪੜੇ, ਸਟੈਂਡ ਸੈੱਟ ਕਰਨੇ ਹੁੰਦੇ ਕਿ ਬਾਅਦ ਗੱਡੀ ਲਾਉਣ ਨੂੰ ਜਗ੍ਹਾ ਬਣਾਈ ਸੀ ਉੱਥੇ ਮੈਂ, ਅਤੇ ਮੈਨੂੰ ਜਗ੍ਹਾ ਬਣਾਉਣੀ ਪਈ, ਅਤੇ ਇੱਧਰ ਬਾਰਿਸ਼ ਹੈ ਵੀ ਪੂਰੀ ਤੇਜ਼, ਅਤੇ ਦਰਸ਼ ਵੀਰ ਕਹਿੰਦਾ ਕਿ ਮੈਂ ਬਾਹਰ ਰਹਿਣਾ, ਇਹ ਨਹੀਂ ਥੱਕਦਾ, ਮੈਨੂੰ ਹੁੰਦਾ ਕਿ ਮੈਂ ਰੈਸਟ ਕਰਨੀ ਹੈ ਕਿ ਥੋੜ੍ਹਾ ਆਰਾਮ ਕਰਾਂ। ਨਿਆਣੇ ਨਹੀਂ ਟਿਕਦੇ, ਇਹ ਨਹੀਂ ਟਿਕਣ ਦਿੰਦੇ, ਨਾਲ ਨਾਲ ਸਾਰਾ ਮੈਨੂੰ ਇਹਨੂੰ ਦੇਖ ਕੇ ਮੈਨੇਜ ਕਰਨਾ ਪੈਂਦਾ ਕਿ ਮੈਂ ਦੋਨਾਂ ਬੱਚਿਆਂ ਦੇ ਨਾਲ ਨਾਲ ਸਪੋਰਟ ਹੈ, ਮੈਨੂੰ ਫੈਮਿਲੀ ਦੀ ਬਹੁਤ ਸਪੋਰਟ ਹੈ ਕਿ ਦੋਨੇ, ਮੰਮੀ ਵੀ ਹਰਮੀਤ ਵੀ ਬਹੁਤ ਹੈਲਪ ਕਰਦੇ ਮੇਰੀ, ਕਿ ਦੇਖਣਾ ਦਰਸ਼ ਵੀਰ ਨੂੰ ਦੇਖਣਾ ਥੋੜ੍ਹਾ ਬਹੁਤ ਕਿਚਨ 'ਚ, ਦਰਸ਼ ਵੀਰ ਤੰਗ ਕਰਦਾ ਤਾਂ ਮੰਮਾ ਦੇ ਨਾਲ ਹਰਮੀਤ ਵੀ ਹੈਲਪ ਕਰਾ ਦਿੰਦੇ ਨੇ, ਬਟ ਕਿਚਨ ਦਾ ਮੰਮਾ ਜ਼ਿਆਦਾ ਕੰਮ ਸਾਂਭਦੇ, ਮੈਂ ਘੱਟ ਕਰਦੀ ਹਾਂ, ਸਬਜ਼ੀ ਵਗੈਰਾ ਮੰਮਾ ਨੇ ਬਣਾਉਣੀ ਹੁੰਦੀ ਹੈ। ਇੱਥੇ ਸਾਡੇ ਲੱਗੇ ਸੀ ਬੂਟੇ, ਫੁੱਲ ਬੂਟੇ, ਅਤੇ ਆਪਾਂ ਵਿਖਾਉਂਦੇ ਪਏ ਬੂਟੇ ਤੁਹਾਨੂੰ, ਅਤੇ ਦੁਪਹਿਰ ਖਿੜੀ ਹੁੰਦੀ ਉਹ, ਅਤੇ ਲੱਗੇ ਸੀ, ਮੈਂ ਕਿਹਾ ਸ਼ਤੂਤ ਵੀ ਇੱਥੇ ਸਾਡਾ ਲੱਗਾ ਸੀ, ਕੋਵਿਦਾਨ ਦਿਖਾਵਾਂਗੇ, ਜਿੱਥੇ ਆਪਾਂ ਘਰ ਗੋਲਾਂ ਜਿਹਨੂੰ ਲੱਗਦੀਆਂ ਉਹ ਹੁੰਦਾ, ਇਹ ਲਾਵਾਂਗੇ ਕਿਤੇ ਪੱਟ ਕੇ ਹੋਰ ਕਿਤੇ, ਜਿੱਦਾਂ ਸ਼ੁਰੂ ਲੈਂਦੇ ਆਪਾਂ ਪੰਗੇ ਜੀ, ਆਪਾਂ ਇੱਥੇ ਕਰਦੇ ਵੀਡੀਓ ਦਾ ਐਂਡ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਮਿਲਦੇ ਹਾਂ ਜੀ ਨੈਕਸਟ ਵਲੌਗ ਵਿੱਚ, ਬਾਏ ਬਾਏ।